ਪਿਛਲੇ ਦਿਨੀ ਫਿਰੋਜ਼ਪੁਰ ਦੇ ਗੋਲਬਾਗ ਬਸਤੀ ਤੋਂ ਪ੍ਰਵਾਸੀ ਪਰਿਵਾਰਾਂ ਦੀਆਂ 3 ਲੜਕੀਆਂ ਲਾਪਤਾ ਹੋਈਆਂ ਸਨ। ਇਸ ਮਾਮਲੇ ਨੂੰ ਲੈ ਕੇ SPD ਰਣਧੀਰ ਕੁਮਾਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਜਦੋਂ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਤਾਂ ਉਹਨਾਂ ਨੇ ਤੁਰੰਤ 10 ਟੀਮਾਂ ਦਾ ਗਠਨ ਕੀਤਾ ਅਤੇ GRP ਦੀ ਮਦਦ ਨਾਲ 48 ਘੰਟਿਆਂ ਵਿੱਚ ਪਤਾ ਲਗਾਇਆ ਕਿ ਤਿੰਨੋਂ ਲੜਕੀਆਂ ਫਿਰੋਜ਼ਪੁਰ ਤੋਂ ਬੰਗਲੌਰ ਪਹੁੰਚ ਚੁੱਕੀਆਂ ਹਨ, ਜਿਸ ਤੋਂ ਬਾਅਦ ਉਹਨਾਂ ਪਰਿਵਾਰਾਂ ਨਾਲ ਸੰਪਰਕ ਕੀਤਾ ਅਤੇ ਹੁਣ ਤਿੰਨੋਂ ਲੜਕੀਆਂ ਨੂੰ ਫਿਰੋਜ਼ਪੁਰ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਆਖਿਰ ਇਹ ਲੜਕੀਆਂ ਬੰਗਲੌਰ ਕਿਵੇਂ ਪਹੁੰਚੀਆਂ। ਇਹ ਸਭ ਜਾਂਚ ਤੋਂ ਬਾਅਦ ਹੀ ਕਲੀਅਰ ਕੀਤਾ ਜਾਵੇਗਾ। ਲੜਕੀਆਂ ਜਿਹੜੀਆਂ ਸੀ ਘਰੋਂ ਚਲੀਆਂ ਗਈਆਂ ਸੀ, ਕੀ ਉਹ ਵਾਪਸ ਤੁਹਾਨੂੰ ਪਤਾ ਲੱਗ ਗਿਆ ਕਿੱਥੇ ਗਈਆਂ ਨੇ? ਠੀਕ ਨੇ ਸਾਰੀਆਂ? ਹਾਂ, ਸਾਰੇ ਠੀਕ ਹੈ ਜਨਾਬ। ਅਤੇ ਉਹਨੂੰ ਅੱਜ ਪਤਾ ਲੱਗਿਆ 10 ਵਜੇ, ਅਤੇ ਫੋਨ ਕੀਤਾ ਉੱਥੇ ਬੰਗਲੌਰ ਦੀ, ਅਤੇ ਤਾਂ ਹੀ ਤਾਂ ਮੈਂ ਆ ਗਿਆ ਥਾਣੇ 'ਚ। ਮੈਂ ਆਪਾਂ ਸੋਚਿਆ ਮੇਰੀ ਆਪਣਾ ਮੁਲਾਜ਼ਮ ਜਿੰਨਾ ਵੀ ਹੈ ਉਹਦਾ ਸਹਾਇਤਾ ਪਾ ਕੇ ਮੇਰੀ ਕੁੜੀ ਲੱਭ ਗਿਆ ਨੇ, ਅਤੇ ਪੱਤਰਕਾਰ ਨੂੰ ਸਹਾਇਤਾ ਕਰਕੇ ਮੈਨੂੰ ਕੁੜੀ ਲੱਭ ਗਿਆ। ਇਹਦਾ ਸੇ ਵੱਡਾ ਮੈਨੂੰ ਕੁਛ ਨਹੀਂ ਚਾਹੀਦਾ। ਪੂਰਾ ਸਾਥ ਦਿੱਤਾ, ਇਹ ਨਾ ਮੈਂ 6 ਮਹੀਨਾ ਉੱਥੇ ਰਹਿ ਕੇ ਆਇਆ ਸੀ, ਮੇਰੀ ਕੁੜੀ ਵੀ ਉੱਥੇ ਰਹਿ ਕੇ ਆਇਆ ਸੀ, ਅਤੇ ਨਾ ਜਦੋਂ ਆਇਆ ਉਹਦਾ ਐਕਸੀਡੈਂਟ ਹੋ ਗਿਆ ਜੀ, ਅਤੇ ਨਾ ਮੈਂ ਕੁੜੀ ਨੂੰ ਇੱਥੇ ਮੰਗਾ ਲਿਆ ਜੀ, ਅਤੇ ਆਪਣਾ ਜਲਦੀ ਡਾਕਟਰ ਕੋਲ ਆਪਣਾ ਇਲਾਜ ਕਰਾਇਆ ਸਾਰੇ ਕੁੜੀ ਨੂੰ, ਅਤੇ ਇਹ ਸਾਰੇ ਫਟ ਗਿਆ ਸੀ ਸਾਰੇ। ਅਤੇ ਉਹਦਾ ਬਾਅਦ ਮੈਂ ਇਲਾਜ ਕਰਾ ਕੇ 2-3-4 ਮਹੀਨਾ ਹੋ ਗਿਆ ਜੀ, ਸਹੀ ਹੋਇਆ। ਅਤੇ ਉਦੋਂ ਕੰਮ 'ਤੇ ਨਿਕਲਿਆ, ਕਹਿੰਦਾ ਮੰਮੀ ਮੈਂ ਚੱਲਿਆ ਉੱਥੇ ਕੰਮ 'ਤੇ, 9 ਵਜੇ ਨਿਕਲਿਆ, ਇਹ ਕੱਪੜੇ ਧੋ ਕੇ ਨਿਕਲਿਆ। ਬਾਅਦ 'ਚ 6 ਵਜੇ ਆ ਜਾਂਦਾ ਸੀ ਘਰੇ, 5-6 ਵਜੇ ਘਰੇ ਆ ਜਾਂਦਾ ਸੀ, ਅਤੇ ਉਹਦਾ ਆਇਆ ਨਹੀਂ ਮੁੜ ਕੇ ਫਿਰ ਡਬਲ। ਤੁਹਾਨੂੰ ਕਿੰਨੇ ਵਜੇ ਪਤਾ ਲੱਗਾ? ਮੈਨੂੰ ਪਤਾ ਲੱਗਾ ਜਦੋਂ 6 ਵਜੇ ਘਰੇ ਨਹੀਂ ਪਹੁੰਚਿਆ ਨਾ, ਤਾਂ 7 ਵਜੇ ਆਪਾਂ ਸਾਰੇ ਨਿਕਲ ਗਿਆ ਤੁਰ ਲੱਭਣ ਵਾਸਤੇ ਉਹਨੂੰ। ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਹੈ ਜਾਂ ਕੰਮ ਕੀਤਾ ਗਿਆ, ਤੁਸੀਂ ਉਹਦੇ ਤੋਂ ਕਿੰਨੇ ਕੁ ਪ੍ਰਸੰਨ ਜੇ, ਕਿੰਨਾ ਖੁਸ਼ ਜੇ ਹੁੰਦੇ ਤੁਸੀਂ? ਮੈਂ ਬੜਾ ਖੁਸ਼ ਹੈ ਜੀ, ਬਹੁਤ ਖੁਸ਼ ਆਪਾਂ ਸਾਰੇ ਦਾ ਖੁਸ਼ ਹੈ, ਆਪਾਂ ਪੂਰਾ ਤਰ੍ਹਾਂ ਸਹੀ ਪੂਰਾ ਤਰੀਕਾ ਸੇ ਖੁਸ਼ ਹੈ, ਤੁਹਾਡਾ ਸਾਰੇ ਖੁਸ਼ ਹੈ। ਆਪਾਂ ਗੁੰਮਸ਼ੁਦਾ ਹੋਈ ਸੀਗੀ ਜੀ, ਇੱਕ ਟਰੇਸ ਹੋ ਗਿਆ। ਮਾਨਯੋਗ SSP ਫਿਰੋਜ਼ਪੁਰ ਸ਼੍ਰੀ ਵਿਵੇਕ ਸਿੰਘ ਸੋਨੀ ਜੀ ਵੱਲੋਂ ਜਿਹੜੇ ਸਖ਼ਤ ਨਿਰਦੇਸ਼ ਸੀਗੇ ਕਿ ਜਿਹੜਾ ਇੱਕ ਪਰਚਾ ਹੋਇਆ ਸੀ 22 ਤਾਰੀਖ ਨੂੰ 41/2024 ਸਿਟੀ ਥਾਣਾ ਵਿੱਚ, ਜਿੱਥੇ 3 ਨਾਬਾਲਿਗ ਕੁੜੀਆਂ ਮਿਸਿੰਗ ਸੀਗੀ, ਉਹਨੂੰ ਟੋਪ ਪ੍ਰਾਇਰਟੀ 'ਤੇ ਲਿੱਤਾ ਜਾਵੇ ਅਤੇ ਆਡਰ ਟੀਮਾਂ ਦਾ ਗਠਨ ਕੀਤਾ ਜਾਵੇ। ਅਤੇ ਇਸ ਮਸਲੇ ਵਿੱਚ DSP ਸਿਟੀ ਸ਼੍ਰੀ ਬਲਕਾਰ ਸਿੰਘ ਜੀ ਨੇਤਰਤਵ ਵਿੱਚ ਇੱਕ ਜਿਹੜਾ ਹੈਗਾ ਟੀਮ ਦਾ ਗਠਨ ਕੀਤਾ ਸੀ, ਜਿਸ ਵਿੱਚ ਮੈਂਬਰ ਆਪਣੇ ਅਰਵਿੰਦ ਮੀਣਾ ਜੀ ਜਿਹੜੇ ਨਵੇਂ IPS ਪ੍ਰੋਫੈਸਰ ਆਏ ਹੈ ਉਹ ਸੀਗੇ, ਅਤੇ ਆਪਣਾ SI ਮਨਜੀਤ ਜਿਹੜਾ ਸਿਟੀ SHO ਹੈ ਉਹ ਸੀ, ਅਤੇ ਨਾਲ ਜਿਹੜਾ ਟ੍ਰੇਨਿੰਗ ਸਕੂਲ ਦਾ ਇੰਚਾਰਜ ਹੈਗਾ ਵਿਨੋਦ ਚੌਹਾਨ ਉਹ ਸੀ। ਅਤੇ ਇਹ ਟੀਮ ਨੇ 48 ਘੰਟੇ ਦੇ ਅੰਦਰ ਆਹ ਜਿਹੜਾ 3 ਨਾਬਾਲਿਗ ਕੁੜੀਓ ਦੇ ਮਿਸਿੰਗ ਹੋਣ ਦਾ ਮਸਲਾ ਸੀ, ਇਹਨੂੰ ਟਰੇਸ ਕੀਤਾ ਹੈ। ਆਹ ਗੱਲਬਾਤ ਹੁਣ ਤੱਕ ਸਾਹਮਣੇ ਆਈ ਹੈ। ਆਹ ਜਿਹੜੇ ਪ੍ਰਵਾਸੀ ਸੀਗੇ, ਪ੍ਰਵਾਸੀ ਸਾਡੇ ਸੀਗੇ, 3 ਨਾਬਾਲਿਗ ਕੁੜੀਆਂ ਸੀਗੀ, ਇੱਕ ਦੀ ਉਮਰ 15, 14 ਅਤੇ 12 ਸਾਲ ਸੀਗੀ। ਅਤੇ ਇਹ ਹੁਣ ਤੱਕ ਆਈ ਹੈ ਕਿ ਇਹ ਟ੍ਰੇਨ ਪਕੜ ਕੇ ਇੱਥੋਂ ਫਿਰੋਜ਼ਪੁਰ ਤੋਂ ਆਪਣਾ ਜਿਹੜਾ ਬੈਂਗਲੌਰ ਹੈਗਾ, ਬੈਂਗਲੌਰ ਵਿੱਚ ਇੱਕ ਇਲਾਕਾ ਹੈਗਾ ਇਨਾਕਾਪੂਰਾ, ਬੈਂਗਲੌਰ ਵਿੱਚ ਹਫੀਜ਼ੀ ਨਾਮ ਦੇ ਇਨਕਾ ਜਿਹੜਾ ਜਾਣਕਾਰ ਹੈਗਾ ਉੱਥੇ ਗਈ ਹੈਗੀਆਂ। ਆਹ ਜਿਹੜਾ ਪ੍ਰਵਾਸੀ ਹੈਗਾ ਪਰਿਵਾਰ, ਪ੍ਰਵਾਸੀ ਪਰਿਵਾਰ ਕਿਸ਼ਨਗੰਜ ਬਿਹਾਰ ਦਾ ਰਹਿਣ ਵਾਲਾ ਹੈਗਾ, ਜਿੱਥੇ ਉਹ ਗਈ ਹੈਗੀ ਕੁੜੀਆਂ, ਇਹਨਾਂ ਦਾ ਜਿਹੜਾ ਜਾਣਕਾਰ ਹੈਗਾ ਉਹ ਵੀ ਕਿਸ਼ਨਗੰਜ ਬਿਹਾਰ ਦਾ ਹੈਗਾ। ਅਤੇ ਵੀਡੀਓ ਕਾਲ ਕਰਾ ਕਰਕੇ
ਵੈਰੀਫਾਈ ਵੀ ਹੋ ਗਿਆ ਕਿ ਉੱਥੇ ਸੇਫ ਤੇ ਸੁਰੱਖਿਅਤ ਹੈ। ਕਾਰਨ ਕੀ ਸੀਗਾ ਜਾਣ ਦਾ ਪਰਿਵਾਰ ਨੂੰ ਬਿਨਾਂ ਦੱਸੇ ਜਾਣ ਦਾ? ਦੇਖੋ ਆਹ ਤਾਂ ਦੇਖੋ ਜੀ ਪਰਿਵਾਰਿਕ ਮਸਲਾ ਹੈ, ਇਸ ਵਿੱਚ ਅਸੀਂ ਮੈਂ ਸੋਚਦਾ ਕਮੈਂਟ ਕਰਨਾ ਠੀਕ ਨਹੀਂ ਹੋਗਾ ਤੇ ਜਿਹੜੀ ਗੱਲ ਸਾਡੇ ਲਈ ਠੀਕ ਨਹੀਂ ਹੈ। ਮੈਂ ਦੱਸਦਾ ਜਿਹੜੀ ਟੀਮ ਬਣਾਈ ਗਈ ਸੀ ਡੀਐਸਪੀ ਸਿਟੀ ਬਲਕਾਰ ਸਿੰਘ ਦੇ ਨੇਤਿਤਵ ਵਿੱਚ, ਇਹਨੇ ਅੱਡ ਅੱਡ ਟੀਮਾਂ ਦਾ ਗਠਨ ਕੀਤਾ ਗਿਆ, ਘੱਟੋ ਘੱਟ 10 ਟੀਮਾਂ ਦਾ ਗਠਨ ਕੀਤਾ ਸੀ ਜਿਸ ਵਿੱਚ ਮੁਲਾਜ਼ਮ ਸੀਗੇ, ਉਹ ਅੱਡ ਅੱਡ ਥਾਵਾਂ ਤੇ ਸ਼ਹਿਰ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਉਹਨੇ, ਤੇ ਜੇ ਅਸੀਂ ਰੂਟ ਬਣਾਇਆ ਉਹ ਸੀਸੀਟੀਵੀ ਰੂਟ ਤੋਂ ਪਤਾ ਚੱਲਿਆ ਕਿ ਆਪਣਾ ਰੇਲਵੇ ਸਟੇਸ਼ਨ ਤੱਕ ਗਏ ਸੀ। ਉਸ ਤੋਂ ਬਾਅਦ ਡੀਐਸਪੀ ਸਿਟੀ ਸਾਹਿਬ ਨੇ ਜੀਆਰਪੀ ਨਾਲ ਰਾਬਤਾ ਕੀਤਾ, ਰੇਲਵੇ ਦੇ ਅਧਿਕਾਰੀਆਂ ਨਾਲ ਰਾਬਤਾ ਕੀਤਾ, ਤਾਂ ਪਤਾ ਚੱਲਿਆ ਰੂਟ ਬਣਾ ਕਰਕੇ ਬੰਗਲੌਰ ਦਾ ਅਸੀਂ ਟਰੇਸ ਕੀਤਾ, ਬਾਅਦ ਚ ਫੋਨ ਤੇ ਅਗਰ ਅਸੀਂ ਵਿਕਰਾਤੀ ਉਧਰੋਂ ਫੋਨ ਵੀ ਆ ਗਿਆ ਜੀ ਨਾਲ ਦੀ ਨਾਲ ਜੀ। ਦੇਖੋ ਇਹ ਪਰਿਵਾਰਿਕ ਮਸਲਾ ਇਹ ਤੋਂ ਨਹੀਂ ਦੱਸ ਸਕਦੇ, ਬਟ ਆ ਹੈਗਾ ਕਿ ਸੇਫ ਸੁਰੱਖਿਅਤ ਸਾਰੇ ਤਿੰਨੋਂ ਲੜਕੀਆਂ ਇਕੱਠੀਆਂ ਗਈਆਂ ਜੀ। ਹਾਂਜੀ ਇਕੱਠੀ ਗਿਆ ਗਿਆ ਸਰ। ਕਿੰਨੀ ਟੀਮ ਲੱਗੀ ਹੈ ਇਹਦੇ ਵਿੱਚ, ਕਿੰਨੀ ਫੋਰਸ ਲੱਗੀ ਹੈ ਤੇ ਕਿੰਨੀ ਫੋਰਸ ਲਗਾਈ, ਕਿੰਨੇ ਸੀਸੀਟੀਵੀ ਕੈਮਰੇ ਸਰ ਤੁਸੀਂ ਇਹਨਾਂ ਨੂੰ ਛਾਣਬੀਨ ਕੀਤੀ? ਅਬ ਦੇਖੋ ਆ ਤਾਂ ਅਸੀਂ ਕੁਆਂਟੀਫਾਈ ਨਹੀਂ ਕਰ ਸਕਦੇ, ਬਟ 10 ਟੀਮਾਂ ਬਣਾਈ ਸੀਗੀ, 10 ਟੀਮਾਂ ਤੇ ਅੱਡ ਮੁਲਾਜ਼ਮ ਸਨ ਤੇ ਡੀਐਸਪੀ ਸਿਟੀ ਦੇ ਨੇਤਿਤਵ ਵਿੱਚ, ਤੇ ਟੈਕਨੀਕਲ ਇਨਪੁਟ ਆਪਣਾ ਅਰਵਿੰਦ ਜੀ ਦੇਖ ਰਿਹਾ ਸੀ। ਤੇ ਕਿੰਨੀ ਸੀਸੀਟੀਵੀ ਚੈੱਕ ਕੀਤੀ ਹੋਊਗੀ? ਘੱਟੋ ਘੱਟ 100 ਤੋਂ ਉੱਪਰ, 100 ਤੋਂ ਉੱਪਰ ਘੱਟੋ ਘੱਟ ਕੀਤੀ ਹੈਗੀ ਸਰ। ਇੱਥੋਂ ਹੀ ਟ੍ਰੇਨ ਤੇ ਗਈਆਂ ਸਾਰੇ? ਹਾਂਜੀ ਹਾਂਜੀ। ਲਿਆਉਣ ਵਾਸਤੇ ਅਸੀਂ ਪਰਿਵਾਰ ਨਾਲ ਰਾਬਤਾ ਕਰ ਰਹੇ ਹਾਂ, ਜੇ ਪਰਿਵਾਰ ਸਾਨੂੰ ਕਹੂਗਾ ਜੇ ਹੈਲਪ ਦੀ ਲੋੜ ਹੈਗੀ ਅਸੀਂ ਸਾਡੀ ਟੀਮ ਵੀ ਉੱਤੇ ਭੇਜਾਂਗੇ। ਸਰ ਇਹਨਾਂ ਨੂੰ ਲਿਜਾਣ ਵਾਲਾ ਕੋਈ ਰਿਸ਼ਤੇਦਾਰ ਸੀ ਕਿ ਕੋਈ ਹੋਰ ਸੀ? ਨਹੀਂ ਆਪੇ ਗਏ, ਆਪੇ ਗਏ ਜੀ, ਆਪੇ ਗਏ। ਸਰ ਕਿੰਨੇ ਘੰਟੇ ਦੇ ਅੰਦਰ ਇਹ ਮਸਲਾ ਜਿਹੜਾ ਸੋਲਵ ਕਰਾਇਆ? ਪਰਚਾ ਦਰਜ ਹੋਣ ਤੇ 48 ਘੰਟੇ ਦੇ ਅੰਦਰ ਇਹ ਜਿਹੜੀ ਸਫਲਤਾ ਹੈ ਉਹ ਹਾਸਲ ਕੀਤੀ ਗਈ ਫਿਰੋਜ਼ਪੁਰ ਪੁਲਿਸ ਵੱਲੋਂ। ਠੀਕ ਹੈ ਜੀ, ਧੰਨਵਾਦ ਜੀ।